ਹੈਲੋ ਐਂਡ ਵੈਲਕਮ ਟੂ ਦਾ YouTube ਚੈਨਲ ਲਰਨ ਵਿਦ ਹਰਵਿੰਦਰ ਸਰ ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ 12ਵੀਂ ਜਮਾਤ ਦੀ ਲਾਜ਼ਮੀ ਪੰਜਾਬੀ ਪੁਸਤਕ ਵਿੱਚੋਂ ਕਹਾਣੀ ਸਾਂਝ ਇਸ ਦੇ ਛੋਟੇ ਉਤਰਾਵਲੇ ਪ੍ਰਸ਼ਨ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਹੈ ਪ੍ਰੋਫੈਸਰ ਨੂੰ ਬਚਪਨ ਵਿੱਚ ਪੜੀ ਕਿਹੜੀ ਕਵਿਤਾ ਦਾ ਚੇਤਾ ਆ ਅਤੇ ਉਸ ਕਵਿਤਾ ਦੇ ਅੰਤ ਵਿੱਚ ਕੀ ਲਿਖਿਆ ਸੀ ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪ੍ਰੋਫੈਸਰ ਨੂੰ ਬਚਪਨ ਵਿੱਚ ਪੜੀ ਅੰਗਰੇਜ਼ੀ ਦੀ ਕਵਿਤਾ ਸਾਈਕਲ ਤੇ ਪਹਾੜੀ ਉੱਤੋਂ ਥੱਲੇ ਉਤਰਨਿਆਂ ਦਾ ਚੇਤਾ ਆ ਉਸ ਕਵਿਤਾ ਦੇ ਅੰਤ ਵਿੱਚ ਲਿਖਿਆ ਸੀ ਕਿ ਜਿਹੜਾ ਮਿਹਨਤ ਕਰਕੇ ਤੇ ਜੋਰ ਲਾ ਕੇ ਪਹਾੜੀ ਦੀ ਚੋਟੀ ਤੇ ਪਹੁੰਚ ਜਾਂਦਾ ਹੈ ਉਸ ਦੀ ਉਡੀਕ ਕਰਦੇ ਕੰਬ ਉਸ ਨੂੰ ਚੋਟੀ ਤੇ ਮਿਲਦੇ ਹਨ ਅਗਲਾ ਪ੍ਰਸ਼ਨ ਪ੍ਰੋਫੈਸਰ ਦੇ ਮਨ ਵਿੱਚ ਐ ਖਿਆਲ ਕਦੋਂ ਆਉਂਦਾ ਹੈ ਕਿ ਭਾਰਤ ਸਾਇਕਲ ਦੇ ਜੁਗ ਵਿੱਚ ਨਹੀਂ ਪਹੁੰਚਿਆ ਅਤੇ ਉਸ ਨੂੰ ਕੀ ਅਹਿਸਾਸ ਹੁੰਦਾ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਇਕਲ 'ਚ ਆਉਣ ਵੇਲੇ ਪ੍ਰੋਫੈਸਰ ਨੂੰ ਭਾਰਤੀ ਲੀਡਰ ਵੱਲੋਂ ਦਿੱਤਾ ਐ ਬਿਆਨ ਯਾਦ ਆਉਂਦਾ ਕੇ ਜਿੱਥੇ ਦੂਜੇ ਦੇਸ਼ਾਂ ਵਿੱਚ ਸਪੂਤਨਿਕਾਂ ਸਪੂਤਨਿਕਾ ਦਾਰਸ ਹੁੰਦਾ ਆਰਟੀਫੀਸ਼ੀਅਲ ਸੈਟੇਲਾਈਟਸ ਹਵਾਈ ਜਹਾਜ਼ਾਂ ਜਾਂ ਕਟੋ-ਕਟਕਾਰਾਂ ਦਾ ਯੁੱਗ ਆ ਗਿਆ ਹੈ ਉੱਥੇ ਭਾਰਤ ਹਾਲੀ ਮਸੀਸਾਈਕਲ ਦੇ ਯੁੱਗ ਤੱਕ ਪਹੁੰਚਿਆ ਹੈ ਉਸ ਨੂੰ ਲੱਗਦਾ ਹੈ ਕਿ ਸਾਈਕਲ ਕਾਲ ਭਾਰਤ ਦੀ ਗਰੀਬੀ ਦਾ ਸੂਚਕ ਹੈ ਅਤੇ ਉਸ ਨੂੰ ਸਾਈਕਲ ਦੇ ਨਾ ਹੋਣ ਤੇ ਆਪਣੀ ਗਰੀਬੀ ਦਾ ਅਹਿਸਾਸ ਹੁੰਦਾ ਹੈ ਅਗਲਾ ਪ੍ਰਸ਼ਨ ਜਦੋਂ ਲਾਲ ਚੀਰੇ ਵਾਲਾ ਸਾਈਕਲ ਸਵਾਰ ਧੀਵੀ ਤੋਂ ਦੂਰ ਲੰਘ ਗਿਆ ਤਾਂ ਪ੍ਰੋਫੈਸਰ ਨੇ ਕੀ ਸੋਚਿਆ ਤੇ ਜੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਉਸਨੇ ਜਿਸ ਜ਼ਰਤ ਪ੍ਰੋਫੈਸਰ ਨੇ ਸੋਚਿਆ ਕਿ ਲਾਲ ਚੀਰੇ ਵਾਲੇ ਸਾਈਕਲ ਸਵਾਰ ਨੇ ਬੁੱਢੀ ਮਾਈ ਨੂੰ ਸ਼ਹਿਰ ਤੱਕ ਕਿਉਂ ਨਾ ਚੜਾ ਲਿਆ ਜਦ ਕਿ ਸ਼ਹਿਰ ਮੀਲ ਕੋਹ ਦੀ ਦੂਰੀ ਤੇ ਹੈ ਉਸ ਨੂੰ ਸਾਈਕਲ ਸਵਾਰ ਪੱਥਰ ਦਿਲ ਜਾਪਿਆ ਤੇ ਪ੍ਰੋਫੈਸਰ ਨੇ ਇਹ ਸੋਚਿਆ ਕਿ ਸਾਈਕਲ ਸਵਾਰ ਨੇ ਬੁੱਢੀ ਮਾਈ ਨੂੰ ਕਿਉਂ ਨਹੀਂ ਬਿਠਾਇਆ ਆਪਣੀ ਸਾਈਕਲ ਤੇ ਤੇ ਉਹ ਸ਼ਹਿਰ ਤੇ ਕਿਉਂ ਨਹੀਂ ਛੱਡ ਕੇ ਆਇਆ ਕਿਉਂਕਿ ਸ਼ਹਿਰ ਤੇ ਮਸਾ ਇੱਕ ਮੀਲ ਦੀ ਦੂਰੀ ਤੇ ਆ ਤੇ ਉਸ ਨੂੰ ਲੱਗਾ ਵੀ ਜਿਹੜਾ ਸਾਈਕਲ ਸਵਾਰ ਹੈ ਉਹ ਪੱਥਰ ਦਿਲ ਹੈ ਅਗਲਾ ਪ੍ਰਸ਼ਨ ਬੁੱਢੀ ਮਾਈ ਨੂੰ ਸਾਈਕਲ ਤੇ ਬਿਠਾ ਕੇ ਪ੍ਰੋਫੈਸਰ ਨੂੰ ਬੁੱਢੀ ਮਾਈ ਬਾਰੇ ਕੀ ਕੀ ਪਤਾ ਲੱਗਾ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪ੍ਰੋਫੈਸਰ ਨੂੰ ਪਤਾ ਲੱਗਾ ਕਿ ਬੁੱਢੀ ਮਾਈ ਦਾ ਕੋਈ ਸੰਗਸਾਖ ਨਹੀਂ ਸੀ ਉਹ ਡੇਟ ਦੀ ਸੰਗਰਾਮ ਨੂੰ ਤੁਰ ਕੇ ਗੁਰਦੁਆਰੇ ਆਈ ਸੀ ਪਿੰਡ ਵਿੱਚ ਇੱਕ ਝੁੱਗੀ ਤੋਂ ਸਿਵਾਏ ਉਸ ਦਾ ਕੁਝ ਵੀ ਨਹੀਂ ਸੀ ਅਗਲਾ ਪ੍ਰਸ਼ਨ ਪ੍ਰੋਫੈਸਰ ਬੁੱਢੀ ਮਾਈ ਨੂੰ ਬੱਸ ਦੀ ਟਿਕਟ ਤੇ ਪੈਸੇ ਕਿਉਂ ਨਹੀਂ ਸੀ ਦੇ ਸਕਿਆ ਇਹ ਹੈ ਪ੍ਰਸ਼ਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਪ੍ਰੋਫੈਸਰ ਬੁੱਢੀ ਮਾਈ ਨੂੰ ਪੈਸੇ ਨਾ ਦੇਣ ਸਕਣ ਦੇ ਕਿਹੜੇ-ਕਿਹੜੇ ਕਾਰਨ ਸੋਚਦਾ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪ੍ਰੋਫੈਸਰ ਕੋਲ ਸਿਰਫ 3 ਨਵੇਂ ਪੈਸੇ ਸਨ ਜੋ ਕਿ ਟਿਕਟ ਲਈ ਕਾਫੀ ਨਹੀਂ ਸਨ ਉਸਨੇ ਆਪਣੇ ਪੁੱਤਰ ਦਿਨੇਸ਼ ਦੀ ਰਸਦੀ ਮੰਗ ਨੂੰ ਵੀ ਪੂਰਾ ਕਰਨਾ ਸੀ ਉਹ ਕਿਸੇ ਤੋਂ ਪੈਸੇ ਵੀ ਨਹੀਂ ਮੰਗਣਾ ਚਾਹੁੰਦਾ ਸੀ ਕਿਉਂਕਿ ਉਸ ਨੂੰ ਉਸ ਦੀਆਂ ਸਲਾਮਾਂ ਖੁਸ਼ ਜਾਣ ਦਾ ਡਰ ਸੀ ਇਸ ਕਰਕੇ ਉਹ ਬੁੱਢੀ ਮਾਈ ਨੂੰ ਬਸ ਦੀ ਟਿਕਟ ਦੇ ਪੈਸੇ ਨਹੀਂ ਸੀ ਦੇ ਸਕਿਆ ਤੇ ਅਗਲਾ ਪ੍ਰਸ਼ਨ ਬਹੁਤ ਹੀ ਮਹੱਤਵਪੂਰਨ ਹੈ ਬਹੁਤ ਹੀ ਇੰਪੋਰਟੈਂਟ ਹੈ ਪ੍ਰੋਫੈਸਰ ਲਾਲ ਚੀਰੇ ਵਾਲੇ ਸਾਈਕਲ ਸਵਾਰ ਬਾਰੇ ਕੀ ਕੀ ਸੋਚਦਾ ਹੈ ਇਹ ਪ੍ਰਸ਼ਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਪ੍ਰੋਫੈਸਰ ਲਾਲਚੀਰੇ ਵਾਲੇ ਸਾਈਕਲ ਸਵਾਰ ਬਾਰੇ ਪਹਿਲਾਂ ਅਤੇ ਬਾਅਦ ਵਿੱਚ ਕੀ ਸੋਚਦਾ ਹੈ ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸ਼ੁਰੂ ਵਿੱਚ ਪ੍ਰੋਫੈਸਰ ਨੂੰ ਲਾਲਚੀਰੇ ਵਾਲਾ ਸਾਈਕਲ ਸਵਾਰ ਪੱਥਰ ਦੇ ਜਾਪਦਾ ਹੈ ਕਿਉਂਕਿ ਉਹ ਬੁੱਢੀ ਮਾਈ ਨੂੰ ਸਾਈਕਲ ਤੇ ਨਹੀਂ ਬਿਠਾਉਂਦਾ ਅਤੇ ਸਾਈਕਲ ਪਜਾ ਕੇ ਲੈ ਜਾਂਦਾ ਪਰ ਅੰਤ ਵਿੱਚ ਉਹ ਉਸ ਨੂੰ ਆਪਣੇ ਵਰਗਾ ਹੀ ਭਾਵਕ ਅਤੇ ਲੋੜਵੰਦਾਂ ਦਾ ਹਮਦਰਦ ਪ੍ਰਤੀਤ ਹੁੰਦਾ ਹੈ ਕਹਾਣੀ ਦੇ ਅੰਤ ਵਿੱਚ ਦੋਹਾਂ ਵਿਚਕਾਰ ਹਮਦਰਦੀ ਦੀ ਸਾਜ ਪੈ ਜਾਂਦੀ ਹੈ ਤੇ ਪਹਿਲਾ ਉਸ ਨੂੰ ਪੱਥਰ ਦਿਲ ਜਾਪਦਾ ਪਰ ਬਾਅਦ ਵਿੱਚ ਉਹ ਉਸ ਨੂੰ ਆਪਣੇ ਵਰਗਾ ਹੀ ਭਾਵਕ ਅਤੇ ਲੋੜਵੰਦਾ ਦਾ ਹੰਦਰ ਪ੍ਰਤੀਤ ਹੁੰਦਾ ਅਤੇ ਉਹਨਾਂ ਵਿਚਕਾਰ ਹਮਦਰਦੀ ਦੀ ਸਾਜ ਪੈ ਜਾਂਦੀ ਹੈ ਅਗਲਾ ਪ੍ਰਸ਼ਨ ਸਾਜ ਕਹਾਣੀ ਕਿਹੜੀ ਸਾਜ ਤੇ ਆਧਾਰਿਤ ਹੈ ਇਹ ਪ੍ਰਸ਼ਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਹੈ ਸਾਜ ਕਹਾਣੀ ਵਿੱਚ ਕਿਹੜੀ ਸਾਜ ਪੈਂਦੀ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ सांझ कहानी प्रोफेसर एम एल मल्होत्रा अते लाल सिरे वाले साइकिल सवार ਵਿਚਕਾਰ ਮਨੁੱਖ ਪ੍ਰਤੀ ਹਮਦਰਦੀ ਦੀ ਸਾਂਝ ਤੇ ਆਧਾਰਿਤ ਹੈ ਦੋਵੇਂ ਹੀ ਬੁੱਢੀ ਮਾਈ ਦੀ ਮਦਦ ਕਰਦੇ ਹਨ अते ਉਨ੍ਹਾਂ ਵਿਚਕਾਰ ਹਮਦਰਦੀ ਦੀ ਸਾਂਝ ਪੈ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਕਿ ਸਾਂਝ ਕਹਾਣੀ ਦਾ ਸਿਰਲੇਖ ਟੁਕਮਾ ਹੈ ਟੁਕਮਾ ਦਾ ਮਤਲਬ ਹੈ ਕਿ ਠੀਕ ਹੈ ਸਿਰਲੇਖ ਕਿ ਸਾਂਝ ਕਹਾਣੀ ਦਾ ਟਾਈਟਲ ਸਾਂਝ ਉਹ ਠੀਕ ਹੈ ਜਾਂ ਨਹੀਂ ਤੇ ਅਸੀਂ ਦੱਸਣਾ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਂਝ ਕਹਾਣੀ ਪ੍ਰੋਫੈਸਰ ਐਮ ਐਲ ਮਲੋਤਰਾ ਅਤੇ ਲਾਲ ਚੀਰੇ ਵਾਲੇ ਸਾਈਕਲ ਸਵਾਰ ਵਿਚਕਾਰ ਮਨੁੱਖ ਪ੍ਰਤੀ ਹਮਦਰਦੀ ਦੀ ਸਾਂਝ ਤੇ ਆਧਾਰਿਤ ਹੈ ਦੋਵੇਂ ਹੀ ਬੁੱਢੀ ਮਾਈ ਦੀ ਮਦਦ ਕਰਦੇ ਹਨ ਅਤੇ ਉਹਨਾਂ ਵਿਚਕਾਰ ਹਮਦਰਦੀ ਦੀ ਸਾਂਝ ਪੈ ਜਾਂਦੀ ਹੈ ਇਸ ਲਈ ਇਸ ਕਹਾਣੀ ਦਾ ਸਿਰਲੇਖ ਟੁਕਵਾ ਹੈ ਕਿ ਇਹ ਜਿਹੜਾ ਟਾਈਟਲ ਹੈ ਉਹ ਬਿਲਕੁਲ ਠੀਕ ਹੈ ਅਗਲਾ ਪ੍ਰਸ਼ਨ ਹੈ ਸਾਂਝ ਕਹਾਣੀ ਤੋਂ ਤੁਹਾਨੂੰ ਕੀ ਸਿੱਖਿਆ ਮਿਲਦੀ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਂਝ ਕਹਾਣੀ ਤੋਂ ਸਾਨੂੰ ਆਪਣੀ ਸਮਰਥਾ ਅਨੁਸਾਰ ਗਰੀਬਾਂ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਸਿੱਖਿਆ ਮਿਲਦੀ ਹੈ ਇਸ ਕਹਾਣੀ ਵਿੱਚ ਪ੍ਰੋਫੈਸਰ ਅਤੇ ਲਾਲਚੀਰੇ ਵਾਲਾ ਸਾਈਕਲ ਸਵਾਰ ਦੋਵੇਂ ਹੀ ਬੁੱਢੀ ਮਾਇਦੀ ਮਦਦ ਕਰਦੇ ਹਨ ਅਗਲਾ ਪ੍ਰਸ਼ਨ ਹੈ ਸਾਂਝ ਕਹਾਣੀ ਦੇ ਪਿੱਠਭੂਮੀ ਵਿੱਚ ਬੜੀਆਂ ਪਰਿਸਥਿਤੀਆਂ ਅਜੋਕੀਆਂ ਪਰਿਸਥਿਤੀਆਂ ਨਾਲੋਂ ਕਿਵੇਂ ਪਿੰਨ ਹਨ ਕਿ ਸਾਂਝ ਕਹਾਣੀ ਦੇ ਬੈਕਗ੍ਰਾਉਂਡ ਵਿੱਚ ਜਿਹੜੀ ਸਿਚੁਏਸ਼ਨ ਚੱਲ ਰਹੀ ਹੈ ਜਿਵੇਂ ਸੜਕ ਟੁੱਟੀ ਹੋਈ ਹੈ ਪਾੜਤ ਵੇਟ ਸਾਈਕਲ ਜੋਗ ਹੈ ਤੇ ਉਹ ਜਿਹੜੀ ਸਿਚੁਏਸ਼ਨ ਹੈ ਉਹ ਅੱਜ ਕੱਲ ਦੀ ਪਰਿਸਥਿਤੀਆਂ ਅੱਜ ਕੱਲ ਦੀ ਸਿਚੁਏਸ਼ਨ ਨਾਲੋਂ ਕਿਵੇਂ ਪਿੰਨ ਹੈ ਕਿਵੇਂ ਡਿਫਰੈਂਟ ਹੈ ਉਹ ਅਸੀਂ ਇਸ ਉੱਤਰ ਵਿੱਚ ਦੱਸਣਾ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਝ ਘਾਣ ਦੀ ਪਿੱਠ ਭੂਮੀ ਵਿੱਚ ਬਣੀਆਂ ਪਰਿਸਥਿਤੀਆਂ ਅਜੋਕੀਆਂ ਪਰਿਸਥਿਤੀਆਂ ਨਾਲੋਂ ਕਾਫੀ ਪਿੰਨ ਹਨ ਅੱਜ ਕੱਲ ਸੜਕਾਂ ਵਿੱਚ ਸੁਧਾਰ ਹੋਇਆ ਹੈ ਅੱਜ ਕੱਲ ਭਾਰਤ ਵਿੱਚ ਸਾਈਕਲ ਜੋਗ ਨਹੀਂ ਰਿਹਾ ਅਤੇ ਅੱਜ ਕੱਲ ਲੋਕਾਂ ਕੋਲ ਸਕੂਟਰ ਅਤੇ ਮੋਟਰਸਾਈਕਲ ਹਨ ਆਵਾਜ਼ਾਈ ਦੇ ਸਾਧਨਾ ਵਿੱਚ ਵੀ ਕਾਫੀ ਸੁਧਾਰ ਹੋਇਆ ਹੈ। ਅਗਲਾ ਪ੍ਰਸ਼ਨ ਹੈ ਅੰਤ ਵਿੱਚ ਪ੍ਰੋਫੈਸਰ ਨੇ ਆਪਣੇ ਕਾਟੇ ਨੂੰ ਕਿਵੇਂ ਪੂਰਾ ਕੀਤਾ? ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਪ੍ਰੋਫੈਸਰ ਬੁੱਢੀ ਮਾਈ ਨੂੰ ਪਿੰਡ ਤੱਕ ਚੜਕੇ ਆਉਣਾ ਚਾਹੁੰਦਾ ਸੀ ਪਰ ਉਹ ਮਜਬੂਰ ਸੀ। ਜਦੋਂ ਲਾਲਚੀਰੇ ਵਾਲਾ ਬੁੱਢੀ ਮਾਈ ਨੂੰ ਪਿੰਡ ਛੱਡਣ ਲਈ ਆਇਆ ਤਾਂ ਉਸ ਨਾਲ ਪ੍ਰੋਫੈਸਰ ਦੀ ਸਾਂਝ ਪੈ ਗਈ। ਪ੍ਰੋਫੈਸਰ ਨੂੰ ਇੰਜ ਪ੍ਰਤੀਤ ਹੋਇਆ ਜਿਵੇਂ ਉਸਨੇ ਆਪਣੇ ਕਾਟੇ ਨੂੰ ਪੂਰਾ ਕਰ ਲਿਆ ਹੋਵੇ। ਅਗਲਾ ਪ੍ਰਸ਼ਨ ਹੈ ਜੇਡ ਦੀ ਤੁਪਕਾਰਨ ਸੜਕ ਦੀ ਹਾਲਤ ਕਿਹੋ ਜਿਹੀ ਸੀ ਤੇ ਜਦੋਂ ਪ੍ਰੋਫੈਸਰ ਸਾਈਕਲ ਚਲਾ ਰਿਹਾ ਸੀਗਾ ਤੇ ਉਸ ਸਮੇਂ ਦੀ ਗੱਲ ਅਸੀਂ ਲਿਖਣੀ ਹੈ ਜੇਡ ਦੀ ਤੁਪ ਨੇ ਸੜਕ ਦੀ ਲੁੱਕ ਨੂੰ ਕਈ ਥਾਵਾਂ ਤੋਂ ਪਿਘਲਾ ਦਿੱਤਾ ਸੀ ਲੁੱਕ ਸਾਈਕਲ ਦੇ ਪਹੀਆਂ ਨੂੰ ਲੱਗਦੀ ਜਾ ਰਹੀ ਸੀ ਲੇਖਕ ਬਚ-ਬਚ ਕੇ ਪੱਕੀ ਲੁੱਕ ਤੇ ਬੱਜਰੀ ਵਾਲੀ ਥਾਂ ਤੋਂ ਲੰਘ ਰਿਹਾ ਸੀ ਅਗਲਾ ਪ੍ਰਸ਼ਨ ਹੈ ਸਾਚ ਗਾਣੀ ਵਿੱਚ ਕਿਹੜੀ ਸਾਚ ਦਾ ਜ਼ਿਕਰ ਹੈ ਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਂਝ ਕਹਾਣੀ ਵਿੱਚ ਪ੍ਰੋਫੈਸਰ ਐਮ ਐਲ ਮਲਹੋਤਰਾ ਅਤੇ ਲਾਲਚੀਰੇ ਵਾਲੇ ਸਾਈਕਲ ਸਵਾਰ ਵਿਚਕਾਰ ਮਨੁੱਖ ਪ੍ਰਤੀ ਹਮਦਰਦੀ ਦੀ ਸਾਂਝ ਦਾ ਜ਼ਿਕਰ ਹੈ ਦੋਵੇਂ ਹੀ ਬੁੱਢੇ ਮਾਈ ਦੀ ਮਦਦ ਕਰਦੇ ਹਨ ਅਤੇ ਉਹਨਾਂ ਵਿਚਕਾਰ ਹਮਦਰਦੀ ਦੀ ਸਾਂਝ ਪੈ ਜਾਂਦੀ ਹੈ ਅਗਲਾ ਪ੍ਰਸ਼ਨ ਹੈ ਸਾਈਕਲ ਚਲਾਉਣ ਸਮੇਂ ਪ੍ਰੋਫੈਸਰ ਅਪੜੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ਕਲਤਾ ਨਾਲ ਸਮਾਨਤਾ ਕਿਵੇਂ ਮਹਿਸੂਸ ਕਰਦਾ ਅਤੇ ਇਸ ਦੇ ਉੱਤਰ ਵਿੱਚ ਅਸੀਂ ਲਿਖ ਸਕਦੇ ਹਾਂ ਸਾਈਕਲ ਤੇ ਬੈਠਦੇ ਆਹੀਂ ਪ੍ਰੋਫੈਸਰ ਨੂੰ ਬਹੁਤ ਜ਼ੋਰ ਲਾਉਣਾ ਪੈਂਦਾ ਸਾਈਕਲ ਦੇ ਟਾਇਰ ਕਿੰਗਰੀਲੇ ਕੱਚੇ ਰੋੜਿਆਂ ਤੇ ਠੜਕਦੇ ਸਨ ਤੇ ਸਾਈਕਲ ਖੱਬੇ ਸੱਜੇ ਡੋਲਦਾ ਵੱਲ ਖਾਂਦਾ ਹੌਲੀ ਹੌਲੀ ਵਧ ਰਿਹਾ ਸੀ ਪ੍ਰੋਫੈਸਰ ਨੂੰ ਇਸ ਵਿੱਚ ਆਪਣੇ ਜੀਵਨ ਦੀਆਂ ਮੁਸ਼ਕਲਾਂ ਅਤੇ ਮੁਸ਼ਕਲਤਾਵਾਂ ਨਾਲ ਸਮਾਨਤਾ ਜਾਪੀ ਤੇ ਅਧਿਕ ਸ਼ਬਦ ਯੂਜ਼ ਹੋਇਆ ਕਿੰਗਰੀਲੇ ਕਿੰਗਰੀਲੇ ਦਾ ਅਰਥ ਹੈ ਤਿੱਖੇ